ਫਾਜ਼ਿਲਕਾ ਦੇ ਪਿੰਡ ਲਾਲੋਵਾਲੀ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥੋਂ ਦੇ ਸਰਕਾਰੀ ਸਕੂਲ ਤੋਂ ਪੇਪਰ ਦੇ ਕੇ ਘਰ ਜਾ ਰਹੀਆਂ ਲੜਕੀਆਂ ਦੀ ਵੈਨ ਤੇ ਕੁਝ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ। ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਆਰੋਪੀਆਂ ਵੱਲੋਂ ਹਮਲੇ ਦੌਰਾਨ ਵੈਨ ਦੀ ਭੰਨਤੋੜ ਦੇ ਨਾਲ ਨਾਲ ਡਰਾਈਵਰ ਨਾਲ ਵੀ ਕੁੱਟਮਾਰ ਕੀਤੀ ਗਈ, ਜਦਕਿ ਇਸ ਹਮਲੇ ਵਿੱਚ ਲੜਕੀਆਂ ਬਾਲ ਬਾਲ ਬਚ ਗਈਆਂ। ਉਧਰ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗੱਲ ਦੋ ਬਾਈਕ 'ਤੇ ਬਹੁਤ ਜਣੇ ਮੁੰਡੇ ਹੈਗੇ ਸੀ, ਅਸੀਂ ਪੇਪਰ ਦੇ ਕੇ ਮਤਲਬ ਸਕੂਲ ਤੋਂ ਆ ਰਹੇ ਸੀ ਅਤੇ ਆਪਦੀ ਵੈਨ ਵਿੱਚ ਬੈਠੇ ਸੀ। ਵੈਨ ਉਹਨਾਂ ਹਮਲਾ ਕੀਤਾ ਵੈਨ 'ਤੇ, ਪੂਰੇ ਸ਼ੀਸ਼ੇ ਤੋੜ ਦਿੱਤੇ, ਸ਼ੀਸ਼ੇ ਸਾਡੇ ਕੁਝ ਅੱਖਾਂ 'ਚੋਂ ਬਾਲਾਂ ਵਗੈਰਾ 'ਚ ਗਏ ਸੀ। ਕਿੰਨੇ ਬੱਚੇ ਬੈਠੇ ਸੀ ਵਿੱਚ? ਥੋੜ੍ਹੀਆਂ ਜਿਹੀ ਕੁੜੀਆਂ ਸੀ, ਕੁਝ ਪੇਪਰ ਦੇ ਰਹੇ ਸੀ ਅਤੇ ਕੁਝ ਆਏ ਜੀ। ਅੱਛਾ, ਵਿੱਚ ਬੱਚੇ ਬੈਠੇ ਹੋਏ ਸੀ? ਹਾਂਜੀ। ਸੱਟਾਂ ਸੁੱਟਾਂ ਵੀ ਵੱਜੀਆਂ ਕਿਸੇ? ਨਹੀਂ, ਸੱਟਾਂ ਨਹੀਂ ਵੱਜੀਆਂ, ਮਤਲਬ ਅੱਖਾਂ 'ਚ ਕੰਨ 'ਚ ਗਏ ਨੇ। ਅੱਛਾ, ਤੁਹਾਡੇ ਨਾਲ ਵੀ ਕੋਈ ਬਦਤਮੀਜ਼ੀ ਕੀਤੀ ਗਈ? ਨਹੀਂ, ਬਦਤਮੀਜ਼ੀ ਨਹੀਂ, ਜਦੋਂ ਕੰਨ ਉਹ ਤੋੜ ਰਿਹਾ ਸੀ ਨਾ, ਅੱਖਾਂ 'ਚ ਕੰਨ 'ਚ ਗਏ ਸੀ। ਹਾਂ, ਵਿੱਚ ਬੈਠੇ ਹੋਏ ਸੀ? ਹਾਂਜੀ। ਪੜ੍ਹਦੇ ਹੋ ਤੁਸੀਂ? 9th 9th 'ਚ ਪੜ੍ਹਦੇ ਹੋ? ਪੇਪਰ ਸੀ ਅੱਜ? ਹਾਂਜੀ। ਹਾਂਜੀ, ਕੀ ਨਾਂ ਤੁਹਾਡਾ? ਆਰਤੀ। ਕਿਹੜੇ ਸਕੂਲ ਪੜ੍ਹਦੇ ਤੁਸੀਂ? ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਲਾਲਵਾਲ ਸਕੂਲ ਤੋਂ। ਕੀ ਗੱਲ ਕੀ ਹੋਈ ਹੈ? ਅਸੀਂ ਕੁੜੀਆਂ ਸਾਰੀਆਂ ਪੇਪਰ ਦੇ ਕੇ ਵਿੱਚ ਬੈਠੀਆਂ ਸੀ ਅਤੇ ਚਾਰ ਮੁੰਡੇ ਆਏ ਬਾਈਕ 'ਤੇ ਅਤੇ ਸਾਡੇ 'ਤੇ ਹਮਲਾ ਕੀਤਾ ਸਾਰੇ ਸ਼ੀਸ਼ੇ ਤੋੜ 'ਤੇ। ਉਹਨਾਂ ਇਹ ਨਹੀਂ ਵੇਖਿਆ ਵਿੱਚ ਕੁੜੀਆਂ ਬੈਠੀਆਂ ਨੇ, ਉਹਨਾਂ ਨੂੰ ਕੋਈ ਸੱਟ ਲੱਗ ਸਕਦੀ ਹੈ। ਉਹਨਾਂ ਅੰਨਿਆਂ ਵਾਂਗੂ ਸਾਰੇ ਹਮਲੇ ਕੀਤੇ। ਕਿੰਨੀ ਕੁੜੀਆਂ ਬੈਠੀਆਂ ਸੀ ਵੈਨ ਦੇ ਵਿੱਚ? ਵਿੱਚ ਚਾਰ ਪੰਜ ਬੈਠੀਆਂ ਸੀ, ਬਾਕੀ ਪੇਪਰ ਦੇਈ ਜਾਂਦੀਆਂ ਸੀ ਅਤੇ ਕੁਝ ਪੇਪਰ ਦੇ ਕੇ ਬੈਠੀਆਂ ਸੀ। ਸੱਟਾਂ ਸੁੱਟਾਂ ਵੀ ਵੱਜੀਆਂ ਕਿਸੇ? ਵੱਜਣ ਦੇ ਪੂਰੇ ਚਾਂਸ ਹੈਗੇ ਸੀ, ਵੱਜ ਸਕਦੀਆਂ ਸੀ ਪਰ ਬੱਚਤ ਹੋ ਗਈ। ਸ਼ੀਸ਼ੇ ਵਗੈਰਾ ਵੱਜੇ? ਸ਼ੀਸ਼ੇ ਵੱਜੇ ਨਹੀਂ ਪਰ ਵੱਜ ਸਕਦੇ ਸੀ, ਪਰ ਅਸੀਂ ਜਲਦੀ ਜਲਦੀ 'ਚ ਬਾਹਰ ਆ ਗਏ। ਬਾਹਰ ਕਾਰਨ ਕੀ ਸੀਗਾ ਲੜਾਈ? ਕੋਈ ਕਾਰਨ ਨਹੀਂ, ਨਜਾਇਜ਼ ਹੈ ਬਸ। ਹੈਗੇ ਕੌਣ ਮੁੰਡੇ ਸੀਗੇ, ਕੋਈ ਪਤਾ ਹੈਗਾ? ਮੁੰਡੇ ਸਾਨੂੰ ਪਤਾ ਨਹੀਂ, ਉਹਨਾਂ ਦੇ ਮੂੰਹ ਟੱਕੇ ਹੋਏ ਸੀ। ਅੱਛਾ, ਕਿੰਨੇ ਜਣੇ ਸੀਗੇ? ਚਾਰ ਬਾਈਕ ਸੀਗੀਆਂ। ਕੀ ਨਾਂ ਤੁਹਾਡਾ? ਜੀ, ਨੀਨਕਾ ਰਾਣੀ। ਕਿਹੜੀ ਕਲਾਸ ਪੜ੍ਹਦੇ ਹੋ? ਜੀ, ਪਲੱਸ ਟੂ। ਕਿਹੜੇ ਸਕੂਲ 'ਚ? ਜੀ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਲਾਲੋ ਵਾਲੀ। ਜੀ, ਕੀ ਗੱਲ ਕੀ ਹੋਈ ਹੈ? ਜੀ, ਅਸੀਂ ਵੈਨ ਵਿੱਚ ਬੈਠੇ ਸੀ, 6 ਮੁੰਡੇ ਹੈਗੇ ਸੀ, 2 ਬਾਈਕ ਹੈਗੇ ਸੀ, ਰਾੜਾ ਲੈ ਕੇ ਉਹਨਾਂ ਨੇ ਮਾਰੀਆਂ ਨੇ ਸ਼ੀਸ਼ਿਆਂ ਨੂੰ, ਅਤੇ ਵੈਨ ਵਾਲੇ ਵੀਰੇ ਨੂੰ ਵੀ ਮਾਰੀਆਂ ਨੇ ਉਹਨਾਂ ਨੇ 2-3, ਅਤੇ ਕੁੜੀਆਂ ਵਿੱਚ ਵੈਨ ਦੇ ਬੈਠੀਆਂ, ਸ਼ੀਸ਼ੇ ਸਾਰੇ ਉਹਨਾਂ ਦੇ ਅੱਖਾਂ ਵਿੱਚ ਵੱਜੇ ਨੇ ਆ ਕੇ ਸਾਰੇ। ਜੀ, ਇਹਨਾਂ 'ਤੇ ਕੋਈ ਕਾਰਵਾਈ ਕੀਤੀ ਜਾਵੇ ਜੀ? ਪੁਲਿਸ ਵਗੈਰਾ ਦੱਸਿਆ ਇਹਨਾਂ ਨੇ ਕੁਛ? ਜੀ ਜੀ, ਹਾਂਜੀ ਜੀ, ਦੱਸਿਆ ਸੀ। ਅਤੇ ਕੀ ਮੰਗ ਕੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਨੂੰ, ਕੀ ਕਹਿਣਾ ਚਾਹੋਗੇ? ਜੀ, ਅਸੀਂ ਇਹ ਮੰਗ ਕਰਦੇ ਹਾਂ ਕਿ ਜੇ ਅਸੀਂ ਅਚਾਨਕ ਹੀ ਕਿਧਰੇ ਰੋਡ 'ਤੇ ਹੁੰਦੇ ਅਤੇ ਇੱਦਾਂ ਹੁੰਦਾ ਤਾਂ ਫਿਰ ਦੁਰਘਟਨਾ ਵਾਪਰ ਸਕਦੀ ਸੀ ਜ਼ਿਆਦਾ। ਹਾਂਜੀ ਸਰ, ਕੀ ਨਾਂ ਤੁਹਾਡਾ? ਮਨੋਜ ਕੁਮਾਰ ਜੀ। ਜੀ, ਕਿਹੜਾ ਸਕੂਲ ਦੇ ਸਰ ਤੁਸੀਂ ਪ੍ਰਿੰਸੀਪਲ ਹੈਗੇ? ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੋ। ਅੱਛਾ, ਕੀ ਗੱਲ ਕੀ ਹੋਈ ਸਰ? ਇਹ ਬਾਹਰ ਪੇਪਰ ਤੋਂ ਬਾਅਦ ਬੱਚੇ ਆਪਣੇ ਪੇਪਰ ਦੇ ਕੇ ਜਾ ਰਹੇ ਸੀ, ਵੈਨ ਆਉਂਦੀ ਹੈ ਇੱਕ ਰਾਣੇ ਤੋਂ, ਇਹਨਾਂ ਨੂੰ ਲੈਣ, ਪ੍ਰਾਈਵੇਟ ਵੈਨ ਹੈ ਜੀ, ਤਾਂ ਉਸ ਦੇ ਵਿੱਚ ਬੱਚੇ ਬੈਠੇ ਹੀ ਸੀ ਹਲੇ, ਅਤੇ ਕੁਝ ਅਣਪਛਾਤੇ ਬੰਦੇ ਜਿਹੜੇ ਆਏ ਨੇ 3-4, ਉਹਨਾਂ ਨੇ ਕੋਈ ਹਮਲਾ ਕੀਤਾ ਇਹਨਾਂ ਦੇ, ਅਤੇ ਇਹ ਸਕੂਲ ਦੇ ਬਾਹਰ ਦੀ ਗੱਲ ਹੈ, ਸਕੂਲ ਦੇ ਵਿੱਚ ਜਦੋਂ ਅਸੀਂ ਗਏ ਹਾਂ ਉਸ ਤੋਂ ਬਾਅਦ ਉਹ ਚਲੇ ਗਏ ਸੀ, ਕੋਈ ਭੱਜ ਗਏ ਸੀ। ਅਤੇ ਇਹ ਕਿਹੜੀ ਕਲਾਸ ਦੇ ਬੱਚੇ ਕਹਿੰਦੇ? ਇਹ ਸਾਰੀ 9ਵੀਂ ਤੋਂ 12ਵੀਂ ਤੱਕ ਜਮਾਤਾਂ ਦੇ ਵਿੱਚ। ਅੱਛਾ, ਕਿੰਨੇ ਬੱਚੇ ਬੈਠੇ ਸੀਗੇ ਵੈਨ 'ਚ? ਲਗਭਗ 8-9 ਬੱਚੇ ਲੜਕੀਆਂ ਬੈਠੀਆਂ ਸੀ। ਇਹ ਤੁਹਾਡੇ ਕਲਾਸ ਸਕੂਲ ਪੜ੍ਹਦੇ ਨੇ? ਜੀ, ਸਾਡੇ ਸਕੂਲ ਪੜ੍ਹਦੇ। ਇਹ ਕਿੰਨੇ ਵਜੇ ਦੀ ਘਟਨਾ ਜੀ? ਇਹ ਲਗਭਗ 2:15 ਦੇ ਕਰੀਬ ਦੇ ਕਬਾਉਟੀ। ਕੋਈ ਦਿੱਤੀ ਇਤਲਾਹ ਪੁਲਿਸ ਨੂੰ ਤੁਸੀਂ? ਸਕੂਲ ਜਿਹੜੇ ਸਾਡੇ ਸਰਪੰਚ ਸਾਹਿਬ ਵੱਲੋਂ ਜਿਹੜੀ ਇਤਲਾਹ ਕਰ ਦਿੱਤੀ ਗਈ ਹੈ, ਕਿਉਂਕਿ ਇਹ ਸਕੂਲ ਦਾ ਬਾਹਰ ਦਾ ਮੈਟਰ ਸੀ ਅਤੇ ਇਸ ਕਰਕੇ ਆਉਣ ਅਸੀਂ ਪੁਲਿਸ ਜਿਹੜੀ ਆਏਗੀ ਉਸਨੂੰ ਵੀ ਦੱਸਤਾ ਅਤੇ ਸਰਪੰਚ ਸਾਹਿਬ ਨੇ ਇਸ ਜਿਹੜੀ ਸੂਚਨਾ ਦੇ ਦਿੱਤੀ ਗਈ। ਜੀ ਸਰ, ਕੀ ਨਾਂ ਤੁਹਾਡਾ? ਰਜੇਸ਼ ਬੱਬਰ ਮੇਰਾ ਨਾਂ ਹੈ ਜੀ, ਸਰਪੰਚ ਰਾਣੇ ਪਿੰਡ ਤੋਂ ਮੈਂ। ਜੀ, ਕੀ ਗੱਲ ਕੀ ਹੋਈ ਸਰ? ਇਹ ਗੱਲ ਜੀ, ਮੈਨੂੰ ਤਾਂ ਫੋਨ ਆਇਆ ਮੇਰੇ ਭਤੀਜੇ ਦਾ, ਅਤੇ ਮੈਂ ਆ ਰਿਹਾ ਸੀ ਫਾਜ਼ਿਲਕਾ ਤੋਂ, ਕਹਿੰਦਾ ਵੀ ਮੇਰੇ 'ਤੇ ਇਸ ਤਰ੍ਹਾਂ ਜਿਹੜਾ ਸਾਡੇ ਬੱਚੇ ਲੈ ਕੇ ਜਾਂਦਾ, ਉਹ ਬੱਚੇ ਵਾਪਸ ਲਿਆਉਣੇ ਸੀਗੇ, ਅਤੇ ਲੜਕੀਆਂ ਵੈਨ ਦੇ ਵਿੱਚ ਬੈਠ ਗਈਆਂ ਸੀ, ਅਤੇ 5-6 ਮੁੰਡੇ ਆਏ ਹੈ, ਉਹਨਾਂ ਨੇ ਮੂੰਹ 'ਤੇ ਜਿਹੜਾ ਹੈਗਾ ਚਿਹਰੇ ਸਾਰੇ ਟੱਕੇ ਹੋਏ ਸੀਗੇ। ਇੱਕ ਮੁੰਡੇ ਨੂੰ ਇਹ ਜਾਣਦਾ, ਕੋਈ ਚਾਂਦਮਾਰੀ ਦਾ ਗੋਲਡੀ ਹੈ, ਗੋਲਡੀ ਕੁੱਲਰ, ਉਹਨੂੰ ਇਹ ਜਾਣਦਾ, ਬਾਕੀ ਨਹੀਂ ਜਾਣਦਾ। ਬੱਚੇ ਵਿੱਚ ਬੈਠੇ ਸੀ, ਬਹੁਤ ਜ਼ਿਆਦਾ ਜਿਹੜਾ ਹੈਗਾ ਉਹਨਾਂ ਨੇ ਪੂਰੀ ਤਰ੍ਹਾਂ ਹਮਲਾ ਕੀਤਾ, ਰਾੜਾ ਕਾਪੀ ਵਗੈਰਾ ਉਹਨਾਂ ਕੋਲ ਸੀਗੇ, ਅਤੇ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ। ਚਲੋ ਕੋਈ ਸ਼ੋਰ ਸ਼ੋਰ ਮਚਿਆ ਤਾਂ ਕਿਸੇ ਤਰ੍ਹਾਂ ਭੱਜ ਗਏ, ਅਤੇ ਨੁਕਸਾਨ ਬੱਚਿਆਂ ਦਾ ਵੀ ਨਹੀਂ ਹੋਇਆ, ਵੈਨ ਦਾ ਕਾਫੀ ਨੁਕਸਾਨ ਹੋਇਆ। ਬਾਕੀ ਇਹਦੇ ਜਿਹੜਾ ਮੇਰਾ ਭਤੀਜਾ ਸ਼ਿਵਮ ਉੱਬਰ ਹੈ, ਇਹਦੇ ਵੀ ਕਾਫੀ ਜਾਣੀ ਕਿ ਉਹਨਾਂ ਨੇ ਰਾੜਾ ਰੋੜਾ ਮਾਰੀਆਂ ਹੈਗੀਆਂ। ਨਹੀਂ, ਬੱਚੇ ਵਿੱਚ ਬੈਠੇ ਸੀ? ਬੱਚੇ ਵਿੱਚ ਬੈਠੇ ਸੀ ਜੀ, ਵੈਨ ਦੇ ਵਿੱਚ ਬੈਠੇ ਸੀਗੇ, ਲੜਕੀਆਂ ਸੀਗੀਆਂ, ਸਾਰੀਆਂ ਲੜਕੀਆਂ ਹੀ ਲੈ ਕੇ ਆਉਂਦਾ ਹੈ।
ਕਿਹੜੇ ਕਲਾਸ ਚ ਪੜ੍ਹਦੇ ਨੇ? ਇਹ ਕੋਈ 8ਵੀਂ ਕਲਾਸ ਦੇ ਬੱਚੇ ਆ, 9ਵੀਂ ਦੇ ਆ, ਕੋਈ 10ਵੀਂ ਦੇ, ਅਲੱਗ ਅਲੱਗ ਕਲਾਸਾਂ ਦੇ ਬੱਚੇ ਹੈਗੇ ਸਾਰੇ ਜੀ। ਅਤੇ ਹੁਣ ਕੀ ਕਾਰਵਾਈ ਕੀਤੀ? ਕਾਰਵਾਈ ਜੀ, ਪ੍ਰੈਸ ਨੂੰ ਤੁਹਾਨੂੰ ਦੱਸਤਾ ਸਾਰਾ ਕੁਛ, ਅਤੇ ਪੁਲਿਸ ਨੂੰ ਵੀ ਫੋਨ ਕਰਤਾ, MLA ਸਾਹਿਬਾਨ ਦੇ ਵੀ ਧਿਆਨ 'ਚ ਲਿਆਤਾ ਹੈ, ਡਿਪਟੀ ਸਾਹਿਬ ਨੂੰ ਵੀ ਫੋਨ ਕਰਤਾ ਹੈ, ਅਤੇ ਹੁਣ ਵੇਖੋ ਪੁਲਿਸ ਆਉਂਦੀ ਹੈ, ਕਹਿੰਦੇ ਆ ਰਹੀ ਹੈ। ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਜੀ? ਪ੍ਰਸ਼ਾਸਨ ਅੱਗੇ ਇਹ ਮੰਗ ਕਰਦੇ ਹਾਂ ਜੀ, ਜਿਹੜਾ ਹੈਗਾ ਇਹਨਾਂ ਜਿਹੜਾ ਇੱਕ ਗੋਲਡੀ ਭੁੱਲਰ ਹੈ ਜਿਹੜਾ ਚਾਂਦਮਰੀ ਦਾ, ਉਹਨੂੰ ਫੜੋ, ਅਤੇ ਜਿਹੜੇ 7-8 ਜਿਹੜੇ ਅਣਪਛਾਤੇ ਗਏ ਸੀ ਉਹਨਾਂ 'ਤੇ ਪਰਚਾ ਦਰਜ ਕਰਕੇ, ਅਤੇ ਇਹਨਾਂ 'ਤੇ ਬਣਦੀ ਕਾਰਵਾਈ ਕਰਨ, ਕਿਉਂਕਿ ਇਸ ਤੋਂ ਬਾਅਦ ਕੋਈ ਹੋਰ ਵੱਡਾ ਹਾਦਸਾ ਵੀ ਹੋ ਸਕਦਾ ਜੇ ਇਹਨਾਂ ਨੂੰ ਨੱਥ ਨਾ ਪਾਈਗੀ, ਤਾਂ ਇਸ ਤੋਂ ਬਾਅਦ ਕੋਈ ਹੋਰ ਹਾਦਸਾ ਵੀ ਹੋ ਸਕਦਾ ਹੈ। ਉਦੋਂ ਦੂਜੇ ਪਾਸੇ ਵੈਨ ਦੇ ਡਰਾਈਵਰ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਹ ਹਮਲਾ ਕੀਤਾ ਗਿਆ ਹੈ। ਕੀ ਨਾਂ ਤੁਹਾਡਾ? ਕੀ ਗੱਲ ਕੀ ਹੋਈ ਹੈ? ਕੁਛ ਨਹੀਂ, ਮੇਰੇ ਸਾਲ ਪਹਿਲਾਂ ਕੋਈ ਗੱਲ ਨਹੀਂ, ਕੋਈ ਰਾਜੀ ਨਾ ਹੋ ਗਈ, ਕੋਈ ਗੱਲ ਨਹੀਂ ਹੈ, ਯਾਰੀ ਪਾਉਂਦਾ ਸੀ, ਪੈਸੇ ਪਿੱਛੇ ਮੰਗਦਾ ਸੀ, ਮਗਰ ਨਹੀਂ ਪੈਸੇ ਗਏ, ਮੈਨੂੰ ਧਮਕੀਆਂ ਦਿੰਦੇ, ਮੈਂ ਤੈਨੂੰ ਵੱਢ ਦਾਂਗਾ, ਐਂ ਕਰ ਦਾਂਗਾ, ਉਹ ਕਰ ਦਾਂਗਾ, ਕੁਛ ਕੋਈ ਗੱਲ ਨਹੀਂ, ਮੈਂ ਹਰ ਰੋਜ਼ ਸਕੂਲ ਆਉਂਦਾ ਸੀ, ਕੋਈ ਗੱਲ ਨਹੀਂ, ਇੱਥੇ ਆ ਕੇ ਵੈਨ ਰੋਕੀ ਆ, ਮੈਂ ਵੈਨ ਤੋਂ ਬਾਹਰ ਨਿਕਲ ਕੇ ਕੁੜੀਆਂ ਵਿੱਚ ਚੜ੍ਹਦੀਆਂ ਪਈਆਂ ਸੀ, ਕੁੜੀਆਂ ਚੜ੍ਹਦੀਆਂ, ਮੈਂ ਵੈਨ 'ਤੇ ਰੱਖ ਕੇ ਬੇਲੀ ਕੋਲ ਖੜਿਆ ਸੀ, ਅਤੇ ਇਹਨਾਂ ਨੇ ਪਿੱਛੋਂ ਆ ਕੇ 2 ਰਾੜਾਂ ਮਾਰੀਆਂ, ਰਾੜਾ ਅੰਦਰ ਭੱਜਣ ਦਾ ਫੋਨ ਨਹੀਂ ਕਰਨ ਦਿੱਤਾ, ਇਹਨਾਂ ਨੇ ਪਿੱਛੋਂ ਗੱਡੀ ਪਾਉਂਦੀ ਸਾਰੀ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਮੈਨੂੰ ਇਨਸਾਫ ਚਾਹੀਦਾ, ਮੇਰੀ ਕਾਰਵਾਈ ਕੀਤੀ ਹੈ ਇਹਨਾਂ 'ਤੇ ਜੀ। ਕਿੰਨੇ ਵਜੇ ਦੀ ਘਟਨਾ ਹੈ? ਮੇਰੇ 2:12-13 ਦੀ ਗੱਲ ਹੈ, ਕਿਉਂਕਿ ਇਸ ਟਾਈਮ ਸਕੂਲ ਆਇਆ ਸੀ ਮੈਂ। ਕਿੱਥੇ ਹੋਇਆ, ਕਿੱਥੇ ਹੈਗਾ ਹਮਲਾ ਤੁਹਾਡੇ? ਕਿੱਥੇ? ਬਾਹਰ ਸਕੂਲ ਦੇ ਕੋਲ ਵੈਨ ਰੋਕੀ ਸੀ, ਸੁਸਾਇਟੀ ਦੇ ਕੋਲ, ਉੱਥੇ ਕਰਕੇ ਮੈਂ ਪਿੱਛੇ ਬਾਹਰ ਨਿਕਲਿਆ ਸੀ ਹਲੇ ਗੱਡੀ 'ਚੋਂ, ਇਹਨਾਂ ਨੇ ਪਿੱਛੋਂ ਆ ਕੇ ਰਾੜਾਂ ਮਾਰੀਆਂ, ਅਤੇ ਮੈਂ ਅੰਦਰ ਭੱਜਿਆ, ਇਹਨਾਂ ਨੇ ਪਿੱਛੋਂ ਗੱਡੀ ਪਾਉਂਦੇ, ਮੋਟਰਸਾਈਕਲ ਪਜਾ ਲਏ, ਮੋਟਰਸਾਈਕਲ ਦੇ ਨੰਬਰ ਹੈ ਨਹੀਂ ਸੀ, ਇੱਕ ਲਾਲ ਚਾਂਦਪੁਰ ਦਾ ਮੁੰਡਾ ਗੋਲਡੀ ਪੁੱਲਰ, ਅਤੇ 6 ਬੰਦੇ ਦੇ ਮੂੰਹ ਬੰਨੇ ਹੋਏ ਸੀ। ਕਿੰਨੇ ਮੋਟਰਸਾਈਕਲ 'ਤੇ ਆਏ? 2 ਮੋਟਰਸਾਈਕਲ ਸੀ, ਮੋਟਰਸਾਈਕਲ ਦੀ ਪਲੇਟਾਂ ਹੈ ਨਹੀਂ ਸੀ। ਇਹ ਵਾਰਦਾਤ ਕਿਹੜੇ ਪਿੰਡ 'ਚ ਹੋਈ ਹੈ? ਲਾਲੋਲੀ ਜੀ। ਸਕੂਲ ਦੇ ਬਾਹਰ ਹੋਈ ਹੈ? ਹਾਂਜੀ। ਅੱਛਾ, ਤਾਂ ਤੁਸੀਂ ਗੱਲ ਨਹੀਂ ਕੀਤੀ ਪ੍ਰਿੰਸੀਪਲ ਸਾਹਿਬ ਨਾਲ? ਇੱਥੇ ਕਿਸੇ ਨਹੀਂ, ਉਹ ਅੰਦਰ ਹੈਗੇ ਸੀ, ਉਹਨਾਂ ਨੂੰ ਪਤਾ ਹੀ ਨਹੀਂ, ਮੁੰਡਿਆਂ ਨੇ ਮਗਰੋਂ ਰੌਲਾ ਪਾਇਆ, ਮੈਨੂੰ ਉਦੋਂ ਪਤਾ ਚੱਲਿਆ ਵੀ ਮਗਰੋਂ ਮੇਰੇ 'ਤੇ ਹਮਲਾ ਹੋ ਰਿਹਾ, ਮੈਂ ਤਾਂ ਕੋਈ ਕਾਲ ਦਾ ਕੋਈ ਪਤਾ ਨਹੀਂ, ਕੋਈ ਕੁਛ ਵੀ ਨਹੀਂ ਕਰਦੀ। ਅਤੇ ਉਹਨਾਂ ਪੁਲਿਸ ਨੂੰ ਇਤਲਾਹ ਦਿੱਤੀ ਤੁਸੀਂ? ਹਾਂਜੀ ਜੀ, ਕਰਤੀ ਜੀ। ਆਈਏ ਪੁਲਿਸ ਹਜੇ ਹਾਲੇ ਤੱਕ ਨਹੀਂ ਆਈ। ਕਿੰਨੀ ਦੇਰ ਹੋ ਗਈ ਘਟਨਾ ਨੂੰ? ਘਟਨਾ ਨੂੰ ਜੀ 1.5 ਘੰਟਾ ਹੋ ਹੀ ਗਿਆ। ਕੀ ਨਾਂ ਤੁਹਾਡਾ? ਸ਼ਿਵਮ ਬੱਬਰ। ਕਿੱਥੇ ਦੇ ਰਹਿਣ ਵਾਲੇ? ਰਾਣੇ ਦੇ ਜੀ। ਫਿਲਹਾਲ ਪੁਲਿਸ ਵੱਲੋਂ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਫਾਜ਼ਿਲਕਾ ਤੋਂ ਬਲਜੀਤ ਸਿੰਘ ਮੱਲੀ ਦੀ ਰਿਪੋਰਟ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।